ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀ ਅੱਜ ਇਸ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਆਪਾਂ ਖਾਸ ਇੱਕ ਵੀਡੀਓ ਬਣਾਉਣੀ ਆ ਉਹ ਬਣਾਉਣੀ ਆ ਜਗਤਜੀਤ ਦੇ ਨਵੇਂ ਨੈਕਸਟ ਜਨਰੇਸ਼ਨ ਦੇ ਜਿਹੜੇ ਸਟਾਰ ਰੀਪਰ ਦੀ ਇਹਦੇ ਵਿੱਚ ਕਾਫੀ ਚੀਜ਼ਾਂ ਨਵੀਆਂ ਨੇਗੀਆਂ ਬਹੁਤ ਖੂਬੀਆਂ ਦੇ ਨਾਲ ਇਹ ਜਿਹੜਾ ਰੀਪਰ ਹੈਗਾ ਕੰਪਨੀ ਨੇ ਲਾਂਚ ਕੀਤਾ ਹੈਗਾ ਸੋ ਇਹਦੀ ਬਰੀਕੀ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਆਪਣੇ ਨਾਲ ਬਾਈ ਜਿੰਦ ਚੀਮਾ ਦੀ ਜਗਤਜੀਤ ਦੇ ਵੱਲੋਂ ਇਸ ਵੀਡੀਓ ਦੇ ਵਿੱਚ ਮੌਜੂਦ ਰਹਿਣਗੇ ਸੋ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅਤੇ ਸਵਾਗਤ ਆ ਜੀ ਤੁਹਾਡਾ ਸਾਡੇ ਸਾਰੇ ਵੇਖਣ ਵਾਲਿਆਂ ਵੱਲੋਂ ਵੀ ਤੁਹਾਨੂੰ ਵੈਲਕਮ ਆਖਦੇ ਹਾਂ ਅਸੀਂ ਆਪਣੀ ਵੀਡੀਓ ਦੇ ਵਿੱਚ ਅਤੇ ਇਹ ਜਿਹੜਾ ਨਵਾਂ ਸਟਾਰ ਰੀਪਰ ਕੰਪਨੀ ਨੇ ਲਾਂਚ ਕੀਤਾ ਹੈਗਾ ਜੀ ਆਪਾਂ ਕਹਿ ਦਈਏ ਵੀ ਇੱਕ ਟੋਟਲੀ ਸਾਰੀ ਵੱਖਰੀ ਚੀਜ਼ ਬਣਾਤੀ ਆਮ ਸਟਾਰ ਰੀਪਰ ਦੇ ਨਾਲ ਜੀ ਅਤੇ ਕਿੱਦਾਂ ਇਹ ਕਨਸੈਪਟ ਮਾਇੰਡ ਦੇ ਵਿੱਚ ਆਇਆ ਤੁਹਾਡੇ ਕਿ ਇੱਦਾਂ ਦੀ ਚੀਜ਼ ਕੋਈ ਕਿਸਾਨਾਂ ਵਾਸਤੇ ਲਿਆਂਦੀ ਜਾਵੇ ਗੁਰਪ੍ਰੀਤ ਜੀ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਜਿਸ ਤਰ੍ਹਾਂ ਆਪਣੇ ਕਿਸਾਨ ਤੁਹਾਨੂੰ ਪਤਾ ਹੈ ਪੰਜਾਬ ਦਾ ਕਿਸਾਨ ਪੰਜਾਬ ਦਾ ਨਹੀਂ ਸਾਰੇ ਕਿਸਾਨ ਲਗਭਗ ਸ਼ੌਂਕੀ ਹੋ ਗਏ ਨੇ ਬਿਲਕੁਲ ਮਤਲਬ ਉਹਨਾਂ ਨੂੰ ਜਿਵੇਂ ਟਰੈਕਟਰ ਤੁਸੀਂ ਦੇਖਦੇ ਹੋ ਜਾਂ ਉਹਨਾਂ ਦੇ ਟਰਾਲੀ ਦੇਖਦੇ ਹੋ ਜਾਂ ਹੋਰ ਜਿੰਨੇ ਵੀ ਇੰਪਲੀਮੈਂਟ ਉਹ ਯੂਜ਼ ਕਰਦੇ ਨੇ ਉਹ ਇੱਕ ਸ਼ੌਕ ਨਾਲ ਰੱਖਦੇ ਨੇ ਜੀ ਆਪਣੇ ਆਪਣਾ ਇੱਕ ਉਹਨਾਂ ਨਾਲ ਆਪਣੇ ਇੰਪਲੀਮੈਂਟਸ ਨਾਲ ਇੰਨਾ ਕੁ ਪਿਆਰ ਬਣਿਆ ਹੋਇਆ ਕਿ ਆਪਣੇ ਧੀਆਂ ਪੁੱਤਾਂ ਵਾਂਗੂ ਟਰੈਕਟਰਾਂ ਜਾਂ ਹੋਰ ਸੰਦਾਂ ਨੂੰ ਰੱਖਦੇ ਨੇ ਉਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਰੀਪਰ ਲੈ ਕੇ ਆਏ ਹਾਂ ਕਿ ਰੀਪਰ ਵੀ ਸ਼ੌਕ ਨਾਲ ਰੱਖਿਆ ਜਾਵੇ ਹੁਣ ਇਸ ਜਿਹੜੇ ਰੀਪਰ ਹੈ ਇਸਦੀ ਲੁਕਿੰਗ ਦੇਖੋਗੇ ਤੁਸੀਂ ਬਿਲਕੁਲ ਇੱਕ ਕਾਰ ਟਾਈਪ ਇੱਕ ਕਾਰ ਵਾਂਗੂ ਇਹਦਾ ਮਾਡਲ ਤਿਆਰ ਕੀਤਾ ਗਾ ਜੀ ਤਾਂ ਕਿ ਜਿਹੜਾ ਕਿਸਾਨ ਹੈ ਉਹ ਇਹਨੂੰ ਵੀ ਆਪਣੇ ਸ਼ੌਂਕ ਨਾਲ ਰੱਖੇ ਇੰਪਲੀਮੈਂਟਸ ਦੇ ਵਿੱਚ ਜਿਸ ਤਰ੍ਹਾਂ ਹੋਰ ਜਿੰਨੇ ਪ੍ਰੋਡਕਟ ਨੇ ਜਿਵੇਂ ਟਰੈਕਟਰ ਲਾ ਲਓ ਅਸੀਂ ਕਿਸਾਨ ਜਿਹੜਾ ਉਹ ਇੰਨਾ ਸਾਂਭ ਕੇ ਰੱਖਦਾ ਟਰੈਕਟਰ ਨੂੰ ਉਸਦੇ ਉੱਤੇ ਜਿਹੜੇ ਐਕਸਟਰਾ ਜਿਹੜੇ ਉਸਦੇ ਉੱਤੇ ਐਕਸਟਰਾ ਜੋ ਉਹ ਆਪਣੀ ਇਨਵੈਸਟ ਕਰਦਾ ਗਾ ਬਿਲਕੁਲ ਉਸੇ ਤਰ੍ਹਾਂ ਅਸੀਂ ਰੀਪਰ ਨੂੰ ਇਸੇ ਤਰ੍ਹਾਂ ਰੀਪ੍ਰਜੈਂਟ ਕੀਤਾ ਕਿ ਇੱਕ ਜਿਹੜਾ ਰੀਪਰ ਹੈ ਨੈਕਸਟ ਜਨਰੇਸ਼ਨ ਦਾ ਰੀਪਰ ਸਾਬਤ ਹੋ ਸਾਬਤ ਸੋ ਸਭ ਤੋਂ ਪਹਿਲਾਂ ਆਪਾਂ ਡਿਜ਼ਾਈਨ ਦੇ ਬਾਰੇ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਅਤੇ ਉਸ ਤੋਂ ਬਾਅਦ ਆਪਾਂ ਜੋ ਵੀ ਇਹਦੀ ਟੈਕਨੀਕਲ ਇਹਦੇ ਵਿੱਚ ਚੇਂਜ ਹੋਏ ਨੇ ਉਹ ਵੀ ਕਈ ਚੇਂਜ ਨੇ ਵੀਰੋ ਵੀਡੀਓ ਨੂੰ ਪੂਰੀ ਵੇਖਿਓ ਉਹ ਵੀ ਤੁਹਾਨੂੰ ਦੱਸਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਡਿਜ਼ਾਈਨ ਦੇ ਬਾਰੇ ਗੱਲ ਕਰਦੇ ਹਾਂ ਅਤੇ ਸਰ ਜੇ ਆਪਾਂ ਮੂਹਰੋਂ ਹਿੱਚ ਦੀ ਗੱਲ ਕਰੀਏ ਆਹ ਤੁਸੀਂ ਮਤਲਬ ਪੂਰਾ ਜਿਹੜਾ ਫਰੰਟ ਵਾਲਾ ਹਿੱਸਾ ਬਣਿਆ ਹੋਇਆ ਗਾ ਇਹ ਕਿਸ ਤਰ੍ਹਾਂ ਤੁਸੀਂ ਡਿਜ਼ਾਈਨ ਕੀਤਾ ਕਿਉਂਕਿ ਇਹਦੇ ਉੱਤੇ ਜੇ ਆਪਾਂ ਬੜੀ ਬਰੀਕੀ ਦੇ ਨਾਲ ਨਿਗਾਹ ਮਾਰਦੇ ਹਾਂ ਤਾਂ ਕਿਸੇ ਕਿਸਮ ਦਾ ਕੋਈ ਜੁਆਇੰਟ ਨਹੀਂ ਦਿਖ ਰਿਹਾ ਇਹਦੇ ਵਿੱਚ ਮਤਲਬ ਜੀ ਮੈਂ ਤੁਹਾਨੂੰ ਇਹੀ ਦੱਸੂਗਾ ਕਿ ਜਿਹੜਾ ਇਹ ਹੈ ਇੱਥੋਂ ਲੈ ਕੇ ਜਿਹੜੀ ਫਰੰਟ ਹਿੱਚ ਹੈ ਇਹਦੀ ਇੱਥੇ ਤੱਕ ਇਹ ਜੁਆਇੰਟ ਫ੍ਰੀ ਆ ਇਹਦੇ ਵਿੱਚ ਕੋਈ ਵੈਲਡਿੰਗ ਨਹੀਂ ਹੈਗਾ ਇਹ ਇੱਕ ਸ਼ੀਟ ਤੋਂ ਪੂਰਾ ਪ੍ਰੋਪਰ ਤਿਆਰ ਕੀਤਾ ਗਿਆ ਜੀ ਇਸ ਦੇ ਬਾਰੇ ਪਹਿਲਾਂ ਇਹ ਵੀ ਹੋ ਸਕਦਾ ਕਿ ਜਿਹੜੀ ਪੁਰਾਣੀ ਹਿੱਚ ਸੀਗੀ ਉਸੇ ਨੂੰ ਲਾ ਕੇ ਉਸਦੇ ਉੱਪਰ ਸ਼ੀਟ ਵਗੈਰਾ ਲਾ ਕੇ ਉਹਨੂੰ ਕਵਰ ਕਰ ਦਿੱਤਾ ਜਾਵੇ ਬਟ ਨਹੀਂ ਜਿਹੜਾ ਜਗਤ ਜੀ ਦਾ ਮੇਨ ਜਿਹੜਾ ਪ੍ਰੋਸੈਸ ਰਹਿੰਦਾ ਕਿ ਇੱਕ ਨਵੀਂ ਚੀਜ਼ ਜ਼ਿਆਦਾ ਚੱਲਣ ਵਾਲੀ ਚੀਜ਼ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਵੇ ਸੋ ਅਸੀਂ ਇਸ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਕਿ ਇਹ ਪੂਰੀ ਇੱਕ ਤਾਂ ਇਹਦੀ ਲੁੱਕ ਬੜੀਆ ਬਣ ਗਈ ਜੀ ਲੁੱਕ ਵਾਈਜ਼ ਔਰ ਜਿਹੜੀ ਇਹਦੀ ਲਾਈਫ ਹੈ ਉਹ ਵੀ ਜ਼ਿਆਦਾ ਰਹੂਗੀ ਕਿਉਂਕਿ ਇਹ ਵਿਦਆਊਟ ਜੁਆਇੰਟ ਇਹਦੇ ਵਿੱਚ ਲੈਸ ਵੈਲਡਿੰਗ ਦਾ ਪ੍ਰਯੋਗ ਕੀਤਾ ਗਿਆ ਸਿਰਫ ਜਿੱਥੇ ਆ ਕੇ ਇੱਥੇ ਇੱਥੋਂ ਬੈਲਡ ਇਹ ਪੂਰੀ ਇੱਕ ਸ਼ੀਟ 'ਚੋਂ ਬਣਿਆ ਹੋਇਆ ਸਿੰਗਲ ਸ਼ੀਟ ਜੀ ਉਸ ਤੋਂ ਬਣੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਦੀ ਸਾਈਡਾਂ ਤੋਂ ਤੁਸੀਂ ਲੁੱਕ ਹੈਗੀ ਜਿਹੜੀ ਬਹੁਤ ਸੋਹਣੀ ਬਣਾਈ ਹੈਗੀ ਤਾਂ ਇਹਦੇ ਵਿੱਚ ਕੀ ਆਪਾਂ ਕਹਿ ਦਈਏ ਵੀ ਸਭ ਤੋਂ ਪਹਿਲਾਂ ਮਟੀਰੀਅਲ ਦੀ ਗੱਲ ਕਰੀਏ ਆਪਾਂ ਕਿਹੜਾ ਮਟੀਰੀਅਲ ਤੁਸੀਂ ਯੂਜ਼ ਕੀਤਾ ਇਹਦੇ ਵਿੱਚ ਮਟੀਰੀਅਲ ਇਹ ਜੀ ਪ੍ਰੋਪਰ ਸ਼ੀਟ ਮੈਟਲ ਤੋਂ ਬਣਾਇਆ ਗਿਆ ਜੀ ਉਸ ਤੋਂ ਇਲਾਵਾ ਇੱਕ ਚੀਜ਼ ਆਪਾਂ ਮੈਂ ਹੋਰ ਵੀਰੋ ਜਿਵੇਂ ਤੁਸੀਂ ਵੇਖ ਰਹੇ ਹੋਗੇ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਬਜ਼ਾ ਜਾਂ ਇਹਦੇ ਵਿੱਚ ਕੋਈ ਨਟ ਨਹੀਂ ਦਿਖ ਰਿਹਾ ਕਿਸ ਤਰ੍ਹਾਂ ਇਹਦੀ ਫਿਟਮੈਂਟ ਕੀਤੀ ਹੋਈ ਹੈਗੀ ਅਸੀਂ ਇਸੇ ਚੀਜ਼ ਨੂੰ ਇਸਦੀ ਲੁੱਕ ਨੂੰ ਵਧੀਆ ਬਣਾਉਣ ਵਾਸਤੇ ਜਿਹੜੇ ਕਬਜ਼ੇ ਵਗੈਰਾ ਨੇ ਉਹ ਸਾਰੇ ਇਨਸਾਈਡ ਕੀਤੇ ਨੇ ਅੱਛਾ ਇੱਕ ਤਾਂ ਇਹ ਹੈ ਕਿ ਜੇ ਉਹ ਬਾਹਰ ਹੋਣਗੇ ਤਾਂ ਉਹ ਖਰਾਬ ਹੋਣਗੇ ਉਹਨਾਂ ਨੂੰ ਤਰੇਲ ਨਾਲ ਮਿੱਟੀ ਨਾਲ ਕੱਟੇ ਨਾਲ ਜੰਗ ਲੱਗੂਗੀ ਅਤੇ ਉਹਨਾਂ ਦਾ ਜਿਹੜੀ ਆ ਲਾਈਫ ਉਹ ਘੱਟ ਜੂਗੀ ਜੀ ਇੱਕ ਇਹਦੀ ਲੁੱਕ ਨੂੰ ਇੰਪੈਕਟ ਪਊਗਾ ਜੇ ਆਪਾਂ ਕਬਜ਼ਾ ਹੁਣ ਇੱਥੇ ਲਗਾ ਦਾਂਗੇ ਤਾਂ ਇਹਦੀ ਉਹ ਲੁੱਕ ਨਹੀਂ ਰਹਿਣੀ ਜਿਹੜੀ ਅਸੀਂ ਕਿਸਾਨਾਂ ਨੂੰ ਦੇਣੀ ਚਾਹੁੰਦੇ ਹਾਂ ਜੀ ਇਸ ਕਰਕੇ ਅਸੀਂ ਸਾਰੇ ਕਬਜ਼ੇ ਇਹਦੇ ਇਨਸਾਈਡ ਕਰਤੇ ਤਾਂ ਕਿ ਇੱਕ ਤਾਂ ਉਹ ਖਰਾਬ ਨਾ ਹੋਣ ਲਾਈਫ ਉਹਨਾਂ ਦੀ ਜ਼ਿਆਦਾ ਰਹੇ ਅਤੇ ਦੂਸਰਾ ਇਸ ਦੀ ਲੁੱਕ ਪ੍ਰਭਾਵਿਤ ਰਹੇ ਜੀ ਹੁਣ ਇਸ ਨੂੰ ਖੋਲ੍ਹਣ ਵਾਸਤੇ ਇੱਥੇ ਅਸੀਂ ਇੱਕ ਜਿਸ ਤਰ੍ਹਾਂ ਆਪਾਂ ਗੱਡੀ ਦੀ ਟਾਕੀ ਖੋਲ੍ਹਦੇ ਹਾਂ ਜਾਂ ਡਿੱਗੀ ਖੋਲ੍ਹਦੇ ਹਾਂ ਉਸ ਤਰ੍ਹਾਂ ਖੁੱਲੂਗਾ ਇਹ ਇਸ ਤਰ੍ਹਾਂ ਖੁੱਲ੍ਹ ਜਾਣਾ ਇਸ ਦੇ ਵਿੱਚ ਇੱਥੇ ਅਸੀਂ ਇਹਦਾ ਡਬਲ ਕੰਮ ਕੀਤਾ ਇੱਕ ਤਾਂ ਅਸੀਂ ਇਹਦੇ ਵਿੱਚ ਜਿਹੜਾ ਇਹ ਜੈਕ ਲਾਇਆ ਗਾ ਦੂਸਰਾ ਇਹ ਜਿਹੜਾ ਆ ਮੈਨੂਅਲ ਹੈ ਇਹ ਇੱਕ ਜ਼ਰੂਰ ਇਹਦੇ ਨਾਲ ਕੀਤਾ ਇੱਕ ਮਕੈਨੀਕਲ ਦਿੱਤੀ ਇੱਕ ਮਕੈਨੀਕਲ ਦਿੱਤਾ ਤੇ ਇਹਦਾ ਜਿਹੜਾ ਇਹ ਪੂਰਾ ਪ੍ਰੋਪਰ ਸ਼ੀਟ ਮੈਟਲ ਚੋਂ ਜਿਹੜਾ ਇਹ ਸਾਰਾ ਤਿਆਰ ਕੀਤਾ ਗਿਆ ਹੈਗਾ ਇਹਦੇ ਅੰਦਰ ਵੀ ਕਾਫੀ ਤੁਸੀਂ ਮਤਲਬ ਤੁਸੀਂ ਅੰਦਰੋਂ ਵੀ ਦੇਖ ਸਕਦੇ ਹੋ ਕਿ ਇਦਾਂ ਕੋਈ ਸਿੰਪਲ ਜਿਹਾ ਕੰਮ ਨਹੀਂ ਕੀਤਾ ਗਿਆ ਇਹਦੀ ਜਿਸ ਤਰ੍ਹਾਂ ਲੁੱਕ ਬਾਹਰੋਂ ਹੈ ਉਸੇ ਤਰ੍ਹਾਂ ਲੁੱਕ ਇਹਦੀ ਅੰਦਰੋਂ ਰਹਿਣੀ ਆ ਜੀ ਕਿ ਇਹ ਨਹੀਂ ਹੋਊਗਾ ਕਿ ਇੱਥੇ ਪਾਈਪਾਂ ਵਗੈਰਾ ਲਾ ਕੇ ਇੱਕ
ਕੰਮ ਚਲਾਊ ਜਾਂ ਕੰਮ ਕਰਦਾ ਜਿੰਨਾ ਕਹਿ ਦੇ ਵੀ ਹੈਵੀ ਬਣ ਗਿਆ ਇੱਕ ਤਰ੍ਹਾਂ ਪੂਰਾ ਹੈਵੀ ਹੈ ਤੇ ਜਿੰਨਾ ਅਸੀਂ ਕਿਸਾਨ ਨੂੰ ਦੇ ਸਕਦੇ ਇਸ ਦੀ ਲੁੱਕ ਜਿੰਨੀ ਬਾਹਰੋਂ ਬਣਾਈ ਹੈ ਓਨੀ ਹੀ ਅੰਦਰੋਂ ਬਣਾਈ ਹੈ ਤਾਂ ਕਿ ਇਹਨੇ ਲੋਡ ਦੇ ਵਿੱਚ ਵੀਰੋ ਜਿਵੇਂ ਚੱਲਣਾ ਹੁੰਦਾ ਤਾਂ ਕਿਸੇ ਵੀ ਤਰ੍ਹਾਂ ਦਾ ਇਹਦੇ ਵਿੱਚ ਆਪਾਂ ਕਹਿ ਦਈਏ ਵੀ ਕੋਈ ਇੰਪੈਕਟ ਪਏ ਤਾਂ ਇਹ ਟੁੱਟਣ ਵਾਲੀ ਚੀਜ਼ ਨਹੀਂ ਹੈਗੀ ਬਾਕੀ ਜਿਹੜੇ ਇਹ ਲੌਕ ਵਗੈਰਾ ਨੇ ਇਹ ਵੀ ਵਧੀਆ ਢੰਗ ਦੇ ਨਾਲ ਨੇਗੇ ਗੱਡੀ ਦਾ ਲੌਕ ਹੁੰਦਾ ਉਸੇ ਤਰ੍ਹਾਂ ਅੰਦਰ ਰਹੂਗਾ ਕਿਸੇ ਵੀ ਤਰ੍ਹਾਂ ਦੇ ਕੋਈ ਰਸਟ ਵਗੈਰਾ ਇਹਦੇ ਵਿੱਚ ਨਹੀਂ ਲੱਗ ਸਕਦੀ ਜਿਵੇਂ ਆਪਾਂ ਗੱਲ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਗੱਡੀ ਦੀ ਡਿੱਗੀ ਬੰਦ ਕਰ ਦਿੰਦੇ ਹਾਂ ਉਸੇ ਤਰ੍ਹਾਂ ਇਹ ਬੰਦ ਹੋ ਜੂ ਤੇ ਬਾਕੀ ਵੀਰੋ ਆਪਾਂ ਹੁਣ ਬੈਕ ਤੋਂ ਇਹਦੇ ਬਾਰੇ ਗੱਲ ਕਰਦੇ ਹਾਂ ਬੈਕ ਦੇ ਉੱਤੇ ਕਰੋਮ ਵਗੈਰਾ ਮਿਲਦਾ ਗਾ ਲਾਈਟਾਂ ਵਗੈਰਾ ਮਿਲਦੀਆਂ ਨੇਗੀਆਂ ਇੱਕ ਹੈਂਡਲ ਦੇ ਨਾਲ ਆਪਾਂ ਜਸਟ ਇੱਦਾਂ ਇਹਨੂੰ ਓਪਨ ਕਰ ਸਕਦੇ ਹਾਂਗੇ ਬੜਾ ਸੌਖਾ ਜਿਹਾ ਢੰਗ ਹੈਗਾ ਅਤੇ ਜੇ ਆਪਾਂ ਮੇਨਲੀ ਗੱਲ ਕਰੀਏ ਬੈਕ ਸਾਈਡ ਤੋਂ ਜਿਹੜੀ ਤੁਸੀਂ ਹੁੱਕ ਹੈਗੀ ਇਹਦਾ ਡਿਜ਼ਾਇਨ ਚੇਂਜ ਕਰਤਾ ਇਹਦੇ ਬਾਰੇ ਮਤਲਬ ਖਾਸੀਅਤ ਕੀ ਹੈ ਇਹ ਹੁੱਕ ਦੇ ਡਿਜ਼ਾਇਨ ਬਾਰੇ ਮੈਂ ਤੁਹਾਨੂੰ ਦੱਸਦਾ ਜਿਹੜੀ ਆਪਾਂ ਨੇ ਜਿਹੜੀ ਇਹਦੀ ਬੈਕ ਬਣਾਈ ਆ ਉਹ ਬਹੁਤ ਸੋਹਣੀ ਬਣਾਈ ਆ ਲੁੱਕ ਵਾਈਜ਼ ਤਾਂ ਕਿ ਜਿਹੜਾ ਪਿੱਛੋਂ ਆਪਣਾ ਰੀਪਰ ਹੈ ਉਹ ਬਿਲਕੁਲ ਇੱਕ ਕਾਰ ਵਾਂਗੂ ਲੱਗੇ ਸੋਹਣਾ ਲੱਗੇ ਉਸੇ ਲਈ ਸਾਨੂੰ ਇਹ ਹੁੱਕ ਦੇ ਡਿਜ਼ਾਇਨ ਬਾਰੇ ਸੋਚਣਾ ਪਿਆ ਜੀ ਕਿਉਂਕਿ ਡਰਾਈਵਰ ਅੱਗੇ ਬੈਠਾ ਹੁੰਦਾ ਹੈ ਉਹਨੂੰ ਪਿੱਛੇ ਕੁਛ ਨਹੀਂ ਦਿਖਾਈ ਦਿੰਦਾ ਜਦੋਂ ਆਪਣੀ ਟਰਾਲੀ ਭਰ ਜਾਂਦੀ ਆ ਤਾਂ ਉਹ ਲਗਭਗ 20-25 ਮਿੰਟਾਂ ਬਾਅਦ 20 ਮਿੰਟਾਂ ਬਾਅਦ 15 ਮਿੰਟਾਂ ਬਾਅਦ ਜਿੰਨੀ ਟਰੈਕਟਰ ਦੀ ਕਪੈਸਿਟੀ ਦੇ ਹਿਸਾਬ ਨਾਲ ਟਰਾਲੀ ਚੇਂਜ ਕਰਨੀ ਪੈਂਦੀ ਆ ਹਰ 15-20 ਮਿੰਟ ਬਾਅਦ ਇਹ ਪ੍ਰੋਸੈਸ ਹੁੰਦਾ ਤਾਂ ਜਿਹੜੀ ਇਹ ਚੇਂਜ ਕਰਨ ਲਈ ਜਦੋਂ ਟਰਾਲੀ ਡਰਾਈਵਰ ਨੂੰ ਪਿੱਛੋਂ ਦਿਖਦਾ ਨਹੀਂ ਇਹ ਹੁੱਕ ਕਿਤੇ ਵੀ ਲੱਗ ਗਈ ਜਿਹੜੀ ਆਪਣੀ ਟਰਾਲੀ ਆ ਗਈ ਉਹਦੀ ਹੁੱਕ ਇੱਥੇ ਲੱਗ ਗਈ ਏਰੀਆ ਜ਼ਿਆਦਾ ਦੇਤਾ ਤਾਂ ਕਿ ਜਿਹੜੀ ਟਰਾਲੀ ਹੈ ਉਹ ਆਸਾਨੀ ਨਾਲ ਅੰਦਰ ਚਲੀ ਜਾ ਜੀ ਅਤੇ ਇਹਦੇ ਵਿੱਚ ਜਿਹੜੀ ਜੱਜਮੈਂਟ ਆ ਉਹ ਜਿੰਨੀ ਕੁ ਹੁੰਦੀ ਹੈ ਜੇ ਜਦੋਂ ਛੋਟੀ ਹੁੱਕ ਹੁੰਦੀ ਸੀ ਉਹਦੇ ਵਿੱਚ ਪ੍ਰੋਬਲਮ ਆਉਂਦੀ ਸੀ ਇਹ ਹੁੱਕ ਦਾ ਏਰੀਆ ਵੱਧ ਗਿਆ ਤਾਂ ਟਰਾਲੀ ਕਿਤੋਂ ਵੀ ਇੱਥੋਂ ਲੱਗ ਕੇ ਉਹਨੇ ਆਪਣੇ ਆਪ ਐਡਜਸਟ ਹੋ ਜਾਣਾ ਆਪਣੇ ਆਪ ਉਹਨੇ ਆਪਣੀ ਸਹੀ ਪੋਜੀਸ਼ਨ ਸਹੀ ਪੋਜੀਸ਼ਨ ਲੈ ਲੈਣੀ ਹੈ ਅਤੇ ਉਹਦੇ ਉੱਤੇ ਪਿੰਨ ਪਾ ਦੇਣੀ ਜੀ ਦੂਸਰਾ ਇਹ ਜਿਹੜਾ ਨੀਚੇ ਜਿਹੜਾ ਹਿੱਸਾ ਦਿੱਤਾ ਗਿਆ ਇਹਨੂੰ ਅਲੱਗ ਰੱਖਿਆ ਗਿਆ ਅੱਛਾ ਤਾਂ ਕਿ ਮੰਨ ਲਓ ਇਨ ਕੇਸ ਟਰਾਲੀ ਦੀ ਜਿਹੜੀ ਹੁੱਕ ਆ ਉਹ ਇੱਥੇ ਆ ਕੇ ਲੱਗ ਜਾਂਦੀ ਹੈ ਜਾਂ ਇਸ ਸਾਈਡ ਲੱਗ ਜਾਂਦੀ ਹੈਗੀ ਕਈ ਵਾਰ ਹੋ ਜਾਂਦਾ ਹੈ ਕਾਲੀ ਕਾਲੀ ਮਿਸ ਹੈਪਨਿੰਗ ਹੋ ਸਕਦੀ ਹੈਗੀ ਤਾਂ ਜਿਹੜੀ ਇਹ ਅਸੀਂ ਨੇ ਇਹਦਾ ਦਿੱਤਾ ਇਹਦੀ 8 mm ਦੀ ਸ਼ੀਟ ਚੋਂ ਹੈਵੀ ਚੋਂ ਦਿੱਤਾ ਗਾ ਇੱਕ ਆਪਾਂ ਕਹਿ ਦਈਏ ਬੰਪਰ ਗਾਰਡ ਹੋ ਗਿਆ ਹਾਂ ਇਹ ਬੰਪਰ ਹੋ ਗਿਆ ਇਹਨੂੰ ਹੈਵੀ ਦਿੱਤਾ 8 mm ਦੀ ਸ਼ੀਟ ਚੋਂ ਕੱਟ ਕੇ ਲਾਇਆ ਗਿਆ ਹੈਗਾ ਤਾਂ ਕਿ ਜੇ ਕੋਈ ਛੋਟੀ ਮੋਟੀ ਜਾਂ ਮਿਸ ਹੈਪਨਿੰਗ ਹੁੰਦੀ ਆ ਟਰਾਲੀ ਇਹਦੇ ਨਾਲ ਲੱਗ ਜਾਂਦੀ ਆ ਤਾਂ ਜਿਹੜੀ ਆਪਣੀ ਲੁੱਕ ਹੈ ਉਹ ਨਹੀਂ ਖਰਾਬ ਹੋਊਗੀ ਖਰਾਬ ਨਹੀਂ ਹੋਊਗੀ ਮਤਲਬ ਹੈਵੀ ਹੈ ਪੂਰਾ ਇਹ ਪੂਰਾ ਹੈਵੀ ਹੈ ਇਸ ਨੂੰ ਇਸੇ ਧਿਆਨ 'ਚ ਰੱਖਿਆ ਗਿਆ ਕਿ ਲੁੱਕ ਨਾ ਖਰਾਬ ਹੋਵੇ ਆਪਣੀ ਜਿੰਨਾ ਆਪਾਂ ਰੀਪਰ ਦੇ ਜ਼ੋਰ ਲਾਇਆ ਬਣਾਉਣ 'ਤੇ ਇਹਦੀ ਲੁੱਕ ਬਣਾਉਣ 'ਤੇ ਓਨਾ ਉਹਨੂੰ ਮੇਨਟੇਨ ਕਰਨ ਵਾਸਤੇ ਵੀ ਜ਼ੋਰ ਲਾਇਆ ਕਿ ਉਹ ਖਰਾਬ ਨਾ ਹੋਵੇ ਅਤੇ ਜਿਹੜਾ ਕਿਸਾਨ ਹੈ ਆਪਣੀ ਜਿਹੜੀ ਮਸ਼ੀਨ ਹੈ ਉਹਨੂੰ ਲਾਈਫ ਟਾਈਮ ਲੌਂਗ ਟਾਈਮ ਇਹਨੂੰ ਆਪਣੇ ਨਾਲ ਕੈਰੀ ਕਰ ਸਕੇ ਸੋ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਇਹਦੀ ਟੈਕਨੀਕਲੀ ਜਿਹੜਾ ਇਹਦੇ ਵਿੱਚ ਅਪਡੇਟਸ ਹੋਈਆਂ ਨੇਗੀਆਂ ਜੀ ਆ ਆਪਾਂ ਜਿਹੜੀ ਅੱਖਾਂ ਨੂੰ ਦਿਖ ਰਹੀਆਂ ਨੇ ਦੋ ਤਿੰਨ ਚੀਜ਼ਾਂ ਉਹਨਾਂ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂਗੇ ਇੱਕ ਤਾਂ ਇਹ ਦੱਸੋ ਵੀ ਆਹ ਜਿਹੜਾ ਗੇਅਰ ਵਾਲਾ ਸਿਸਟਮ ਲਾਇਆ ਹੋਇਆ ਇਹਦਾ ਕੀ ਮਕਸਦ ਆ ਲਾਉਣ ਦਾ ਇਸ ਦਾ ਮਕਸਦ ਇਹ ਹੈ ਜੀ ਇਹ ਪਹਿਲੀ ਵਾਰ ਜਗਜੀਤ ਇਸ ਨੂੰ ਲਾਂਚ ਕਰ ਰਹੀ ਹੈ ਇਸ ਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਅਲੱਗ ਅਲੱਗ ਟਰੈਕਟਰ ਦੇ ਅਲੱਗ ਅਲੱਗ RPM ਹੁੰਦੇ ਨੇ ਜੀ ਅਤੇ ਉਹਨਾਂ ਦੀ ਜਿਹੜੀ ਚੱਕਰ ਨੇ ਮੈਚ ਕਰਨ ਲਈ ਆਪਾਂ ਨੂੰ ਪਹਿਲਾਂ ਪੁਲੀਆਂ ਚੇਂਜ ਕਰਨੀਆਂ ਪੈਂਦੀਆਂ ਸੀਗੀਆਂ ਪਿੱਛੇ ਮੰਨ ਲਓ ਕੋਈ ਸਵਰਾਜ ਟਰੈਕਟਰ ਹੈ ਜਾਂ ਪ੍ਰੀਤ ਟਰੈਕਟਰ ਹੈ ਉਹਨਾਂ ਦੇ ਸਾਰਿਆਂ ਦੇ ਅਲੱਗ ਅਲੱਗ ਜੋਂਡੀਅਰ ਦੇ ਅਲੱਗ ਜੋਂਡੀਅਰ ਦੇ ਅਲੱਗ ਨੇ ਨਿਊ ਹੋਲੈਂਡ ਦੇ ਅਲੱਗ ਨੇ ਜਿੰਨੀਆਂ ਕੰਪਨੀਆਂ ਨੇ ਸਾਰਿਆਂ ਦੇ ਉਹਨਾਂ ਦੇ RPM ਜਿਹੜੇ ਪੁਲੀ ਦੇ ਨੇ ਉਹ ਅਲੱਗ ਅਲੱਗ ਨੇ ਉਸ ਨਾਲ ਆਪਾਂ ਨੂੰ ਜਿਹੜੀਆਂ ਪੁਲੀਆਂ ਪਿੱਛੋਂ ਚੇਂਜ ਕਰਨੀਆਂ ਪੈਂਦੀਆਂ ਸੀ ਉਹ ਸਾਰਾ ਮੈਕਨਿਜ਼ਮ ਅਸੀਂ ਇਸ 'ਤੇ ਲਿਆ ਕੇ ਛੱਡਤਾ ਹੁਣ ਤੁਹਾਨੂੰ ਪੁਲੀਆਂ ਬਦਲਣ ਦੀ ਲੋੜ ਨਹੀਂ ਟਰੈਕਟਰ ਜਦੋਂ ਤੁਸੀਂ ਨੇ ਚੇਂਜ ਕਰਨਾ ਇਹਦੇ ਅਸੀਂ 3 ਇੱਥੇ PTO ਦੇਤੀਆਂ ਤੁਸੀਂ PTO ਬਦਲੋ ਤੁਹਾਡੇ ਜਿਹੜੇ ਚੱਕਰ ਨੇ ਉਹ ਆਪਣੇ ਆਪ PTO ਵਾਲਾ ਕ੍ਰੋਸ ਆਪਾਂ ਕੱਢ ਕੇ ਅਲੱਗ ਅਲੱਗ ਦੇ ਵਿੱਚ ਪਾ ਸਕਦੇ ਇਸ 'ਚ ਪਾ ਸਕਦੇ ਤੁਸੀਂ ਇਸ 'ਚ ਪਾ ਸਕਦੇ ਹੋ ਜੇ ਇਹਦੇ ਜਦੋਂ ਇਸ ਨਾਲ ਆਪਾਂ ਅਗਲਾਂਗੇ ਰੀਪਰ ਦੇ ਜਿਹੜੇ ਚੱਕਰ ਨੇ ਉਹ ਟਰੈਕਟਰ ਦੇ ਹਿਸਾਬ ਨਾਲ ਆਪਣੇ ਆਪ ਸੈੱਟ ਹੋ ਜਾਣਗੇ ਸੋ ਉਸ ਤੋਂ ਇਲਾਵਾ ਇੱਕ ਤੁਸੀਂ ਆਹ ਜਿਹੜੀ ਅਰੇਂਜਮੈਂਟ ਆ ਸਾਰੀ ਚੇਂਜ ਕੀਤੀ ਹੈਗੀ ਇੱਥੇ ਆਪਾਂ ਸਿੱਧੀ ਜੀ ਗੱਲ ਕਰੀਏ ਕਿ ਚੂਹਿਆਂ ਵਾਲਾ ਹੁੰਦਾ ਸੀ ਪਹਿਲਾਂ ਜਿਹੜਾ ਔਗਰ ਸੀਗਾ ਇਹਦੇ ਵਿੱਚ ਕੀ ਖਾਸੀਅਤ ਰਹੂਗੀ ਜਿਹੜੇ ਉਹ ਚੂਹੇ ਹੁੰਦੇ ਸੀਗੇ ਜੀ ਉਹਨਾਂ ਦੀ ਲਾਈਫ ਘੱਟ ਹੁੰਦੀ ਸੀ ਉਹ ਦੂਸਰਾ ਉਹ ਟੁੱਟ ਕੇ ਥਰੈਸ਼ਰ ਅੰਦਰ ਚਲੇ ਜਾਂਦੇ ਸੀਗੇ ਅਤੇ ਕਈ ਸੀਜ਼ਨ ਮਸ਼ੀਨ ਚੱਲੇ ਜਾਂਦੇ ਥਰੈਸ਼ਰ ਦਾ ਵੀ ਨੁਕਸਾਨ ਕਰਦੇ ਸੀ ਦੂਸਰੇ ਸੀਜ਼ਨ ਉਹਨਾਂ ਦੀ ਉਹਨਾਂ ਨੂੰ ਜੰਗ ਪੈ ਜਾਂਦੀ ਸੀ ਉਹਨਾਂ ਦੇ ਸਪਰਿੰਗ ਆ ਜਿਹੜੇ ਉਹ ਕੰਮ ਕਰਨਾ ਛੱਡ ਦਿੰਦੇ ਸੀਗੇ ਤਾਂ ਉਹ ਟੁੱਟ ਕੇ ਥਰੈਸ਼ਰ ਅੰਦਰ ਚਲੇ ਜਾਂਦੇ ਜਿਹਦੇ ਨਾਲ ਥਰੈਸ਼ਰ ਦਾ ਵੀ ਨੁਕਸਾਨ ਹੁੰਦਾ ਅਤੇ ਮਸ਼ੀਨ ਦਾ ਤਾਂ ਹੋਣਾ ਹੀ ਹੋਣਾ ਜੀ ਇਸ ਕਰਕੇ ਅਸੀਂ ਇਹ ਜਿਹੜੀ ਇਹ ਪੱਤੀ ਹੈ ਇਹਨੂੰ ਕਮਾਣੀ ਪੱਤੀ ਕਹਿ ਸਕਦੇ ਹਾਂ ਇੱਕ ਕਮਾਣੀ ਪੱਤੀ ਲਾਈ ਹੈ ਆਪਾਂ ਨੇ ਇਹਦੇ ਵਿੱਚ ਹਾਂਜੀ ਹਾਂ ਸਪਰਿੰਗ ਸਟੀਲ ਇਹਦੇ ਵਿੱਚ ਲਚਕ ਹੈ ਇਹ ਟੁੱਟੂ ਨਹੀਂ ਟੁੱਟ ਕੇ ਅੰਦਰ ਨਹੀਂ ਜਾਊਗੀ ਅਤੇ ਇਹ ਨਾ ਹੀ ਬੈਂਡ ਹੋਵੇ
ਜਿਸ ਤਰ੍ਹਾਂ ਜਿਹੜੇ ਕਮਾਣੀ ਜਿਵੇਂ ਟਰੱਕ ਦੀ ਕਮਾਣੀ ਲਾ ਲਈਏ ਆਪਾਂ ਉਹ ਕਿੰਨਾ ਵੇਟ ਚੱਲ ਲੈਂਦੇ ਨੇ ਤਾਂ ਉਹਨਾਂ 'ਚ ਲਚਕ ਹੁੰਦੀ ਆ, ਉਸੇ ਤਰ੍ਹਾਂ ਇਹ ਰਹੂਗੀ ਅਤੇ ਜਿਹੜਾ ਤੁਹਾਡਾ ਮਟੀਰੀਅਲ ਆ ਇਹ ਅੰਦਰ ਗੈਡ ਰਮ ਦੇ ਵਿੱਚ ਪਹੁੰਚਾ ਦੀ ਜਾਊਗੀ। ਅੱਛਾ, ਇਸ ਤੋਂ ਇਲਾਵਾ ਸਰ ਇਹਦੇ ਵਿੱਚ ਕਾ ਚੀਜ਼ ਹੋਰ ਆਪਾਂ ਨੂੰ ਦਿਖ ਰਹੀ ਹੈ? ਜਿਹੜੀ ਗਾਈਡ ਡਰਮ ਦੇ ਵਿੱਚ ਤੁਸੀਂ ਆਹ ਜਿਹੜੀ ਟੀਥਿੰਗ ਕੀਤੀ ਹੈਗੀ ਇਹ ਵਾਲੀ, ਇਹਦਾ ਆਪਾਂ ਨੂੰ ਮੇਨ ਕੀ ਬੈਨੀਫਿਟ ਮਿਲਿਆ ਗਾਈਡ ਡਰਮ ਦੇ ਵਿੱਚ? ਇਹ ਕੱਟ ਦਾ ਇਹ ਹੈ ਜੀ, ਪਹਿਲਾਂ ਇਹਦੇ ਉੱਤੇ ਸਿਰਫ ਇੱਕ ਸਿੰਪਲ ਪੱਤੀ ਲੱਗੀ ਹੁੰਦੀ ਸੀ, ਇੱਕ ਐਂਗਲ ਲੱਗੀ ਹੁੰਦੀ ਸੀਗੀ ਜਿਹੜੀ ਉਹ ਮਾਲ ਅੰਦਰ ਪਹੁੰਚਾਉਂਦੀ ਸੀ। ਸਾਨੂੰ ਕਿਸਾਨਾਂ ਵੱਲੋਂ ਫੀਡਬੈਕ ਮਿਲਿਆ ਜਾਂ ਹੋਰ ਮਿਲਦਾ ਰਿਹਾ, ਅਸੀਂ ਖੁਦ ਜਿਹੜੇ ਟ੍ਰਾਇਲ ਕੀਤੇ ਹੈ ਉਹ ਤੋਂ ਇੱਕ ਚੀਜ਼ ਸਾਹਮਣੇ ਆਈ ਹੈ ਕਿ ਉਸ ਤੋਂ ਬਾਅਦ ਅਸੀਂ ਇਹਦੇ ਉੱਤੇ ਇਹ ਟੀਥ ਟਾਈਪ ਕੀਤਾ, ਇਹਨੂੰ ਉਸ ਪੱਤੀ ਦੇ ਅੱਗੇ ਟੀਥ ਟਾਈਪ ਕਰਤਾ। ਇਹ ਜਿਹੜੇ ਮਾਲ ਆ ਜਿਹੜੇ ਹੋਰ ਤੇਜ਼ੀ ਨਾਲ ਅਤੇ ਪ੍ਰੋਪਰ ਪੂਰਾ ਮਾਲ ਹੈ ਜਿਹੜਾ ਜਿਹੜਾ ਇੱਥੋਂ ਆਪਣਾ ਔਗਰ ਹਾਂ ਇਹਨ ਇਸ ਤੱਕ ਪਹੁੰਚਾਉਂਦਾ ਉਹਨੂੰ ਤੇਜ਼ੀ ਨਾਲ ਅਤੇ ਸਾਰੇ ਪ੍ਰੋਪਰ ਨੂੰ ਅੰਦਰ ਪਹੁੰਚਾਉਂਦਾ ਰਹਿੰਦਾ। ਇਸ ਦਾ ਸਾਨੂੰ ਇਹ ਫਾਇਦਾ ਹੋਇਆ, ਅਸੀਂ ਪਿਛਲੇ ਸਾਲ ਵੀ ਟ੍ਰਾਇਲ ਕੀਤਾ ਅਤੇ ਇਸ ਵਾਰ ਅਸੀਂ ਇਹਨੂੰ ਇੰਪਲੀਮੈਂਟ 'ਚ ਲੈ ਕੇ ਆਉਂਦਾ ਜੀ। ਉਸ ਤੋਂ ਇਲਾਵਾ ਇਹਦਾ ਜਿਹੜਾ ਮਤਲਬ ਆਪਾਂ ਕਹਿ ਦਈਏ ਮੇਨ ਜਿਹਦੇ ਉੱਤੇ ਆਪਣੇ ਬਲੇਡ ਚੱਲਣੇ ਨੇ ਕੁੜੀਆਂ ਨੇ ਜੀ, ਉਸ ਏਰੀਆ ਦੇ ਵਿੱਚ ਵੀ ਕੋਈ ਅਪਡੇਟ ਜੀ? ਜਿਹੜਾ ਇਹਦਾ ਥ੍ਰੈਸ਼ਰ ਹੈ ਉਸ ਦੇ ਵਿੱਚ ਵੀ ਅਸੀਂ ਉਸ ਨੂੰ ਪੂਰਾ ਹੀ ਲਗਭਗ ਟੋਟਲੀ ਚੇਂਜ ਕਰਤਾ, ਉਹ ਅਸੀਂ ਵੈਲਡਿੰਗ ਲੈਸ ਬਣਾਇਆ ਗਾ। ਅੱਛਾ, ਉਹਨੂੰ ਇੱਕ ਪੂਰਾ ਪੱਤੀ ਕੱਟ ਕੇ ਉਸਦੀ ਉਹਦੇ ਵਿੱਚ ਅਸੀਂ ਨੇ ਜਿਹੜਾ ਬਲੇਡ ਹੈ ਉਹ ਕੱਸਦੇ ਕੀਤੇ ਨੇ, ਵੈਲਡਿੰਗ ਲੈਸ ਆ। ਜਿਸ ਤਰ੍ਹਾਂ ਪਹਿਲਾਂ ਬੁਸ਼ ਲੱਗਦੇ ਹੁੰਦੇ ਸੀ ਉਸ ਉੱਪਰ, ਉਹਦੇ ਨਾਲ ਕੀ ਹੈ ਕਿ ਜਿੰਨੀ ਵੀ ਕੋਸ਼ਿਸ਼ ਕਰ ਲਈਏ ਆਪਾਂ ਜਦੋਂ ਵੈਲਡਿੰਗ ਕਰਦੇ ਹਾਂ ਤਾਂ ਵੈਲਡਿੰਗ ਨਾਲ ਜਿਹੜਾ ਖਿਚਾਅ ਪੈਦਾ ਹੁੰਦਾ ਗਾ ਉਸ ਦੇ ਨਾਲ ਜਿਹੜਾ ਥੋੜ੍ਹਾ ਬਹੁਤ ਜਿਹੜਾ ਰਨ ਆਊਟ ਆ ਉਹ ਹੋ ਜਾਂਦਾ ਸੀਗਾ। ਬਟ ਹੁਣ ਅਸੀਂ ਇਸ ਨੂੰ ਬਿਲਕੁਲ ਜ਼ੀਰੋ ਰਨ ਆਊਟ 'ਤੇ ਲੈ ਆਉਂਦਾ, ਸਾਡਾ ਜਿਹੜਾ ਥ੍ਰੈਸ਼ਰ ਹੈ ਉਹ ਬਿਲਕੁਲ ਜ਼ੀਰੋ ਰਨ ਆਊਟ 'ਤੇ ਹੋਊਗਾ। ਉਸ ਦੇ ਵਿੱਚ ਬਹੁਤ ਹੀ ਘੱਟ ਵੈਲਡਿੰਗ ਦਾ ਪ੍ਰਯੋਗ ਕੀਤਾ ਗਿਆ ਗਾ, ਉਹਦੇ ਵਿੱਚ ਬਲੇਡ ਕਸਾਂਗੇ ਉਹਦੀ ਜਿਹੜੀ ਪ੍ਰੋਪਰ ਘੁੰਮੂਗਾ ਅਤੇ ਮਾਲ ਨੂੰ ਜਿਹੜਾ ਕੱਟਣ ਦੀ ਉਹ ਜਿਹੜੀ ਸ਼ਮਤਾ ਵੱਧ ਰੱਖੂਗਾ। ਮਸ਼ੀਨ ਦੀ ਜਿਹੜੀ ਵਾਈਬਰੇਟ ਹੈ ਉਹ ਨਹੀਂ ਹੋਊਗੀ, ਕਿਉਂਕਿ ਜੇ ਥ੍ਰੈਸ਼ਰ ਦਾ ਰਨ ਆਊਟ ਹੋਇਆ ਤਾਂ ਵਾਈਬਰੇਟ ਹੋਣੀ ਹੈ। ਇਹ ਜ਼ੀਰੋ ਰਨ ਆਊਟ 'ਤੇ ਜਿਹੜਾ ਸਾਡਾ ਥ੍ਰੈਸ਼ਰ ਹੈ ਉਹ ਅਸੀਂ ਨਵਾਂ ਥ੍ਰੈਸ਼ਰ ਡਿਜ਼ਾਈਨ ਕੀਤਾ ਗਾ, ਉਹ ਅਸੀਂ ਹੁਣ ਇਸ ਦੇ ਵਿੱਚ ਲਾਂਚ ਕੀਤਾ ਗਾ। ਇਸ ਔਗਰ ਤੋਂ ਇਲਾਵਾ ਫਰੰਟ ਵਾਲੀ ਅਰੇਂਜਮੈਂਟ ਦੇ ਵਿੱਚ ਕੋਈ ਹੋਰ ਵੀ? ਹਾਂਜੀ ਹਾਂ, ਇਹ ਮੈਂ ਜਿੱਦਾਂ ਪਹਿਲਾਂ ਹਰ ਇੱਕ ਰੀਪਰ ਦੇ ਵਿੱਚ ਇੱਕ ਮੇਨ ਜਿਹੜਾ ਸਟ੍ਰਿਪ ਵਾਲਾ ਫੰਕਸ਼ਨ ਸੀਗਾ ਉਹ ਬੈਲ ਕਰੈਂਕ ਥਰੂ ਹੁੰਦਾ ਸੀਗਾ, ਇਸ ਦੇ ਵਿੱਚ ਅਸੀਂ ਹੁਣ ਕੀ ਕੀਤਾ ਗਾ ਚੇਂਜ, ਇਸ ਦੇ ਵਿੱਚ ਅਸੀਂ ਹੈਵਲ ਸ਼ਾਫਟ ਲਗਾ ਦਿੱਤੀ ਹੈ। ਉਸ ਦੇ ਨਾਲ ਕੀ ਆ, ਇੱਕ ਤਾਂ ਇਹਦੀ ਜਿਹੜੀ ਬ੍ਰੇਕੇਜ ਸੀਗੀ ਉਹ ਬਿਲਕੁਲ ਖਤਮ ਹੋ ਗਈ, ਹੈਵਲ ਸ਼ਾਫਟ ਇੱਕ ਤਾਂ ਇਹਨੂੰ ਇਹਦਾ ਕੋਈ ਟੁੱਟਣ ਦਾ ਨਹੀਂ ਰਹੂਗਾ ਅਤੇ ਦੂਸਰਾ ਜਿਹੜੀ ਇਹਦੀ ਨੋਇਸ ਹੈ ਉਹ ਵੀ ਜ਼ੀਰੋ ਹੋ ਜਾਊਗੀ, ਲੌਂਗ ਟਾਈਮ ਚੱਲੂਗੀ, ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਕੋਈ ਮੈਂਟੇਨੈਂਸ ਦਾ ਖਰਚਾ ਨਹੀਂ। ਕੰਬਾਈਨ ਦੇ ਵਿੱਚ ਜਿਹੜੀ ਇਹ ਯੂਜ਼ ਹੁੰਦੀ ਸੀਗੀ ਪਹਿਲਾਂ ਹੈਵਲ ਸ਼ਾਫਟ, ਉਹ ਅਸੀਂ ਨੇ ਇਸ ਦੇ ਵਿੱਚ ਇਹਨੂੰ ਇੰਪਲੀਮੈਂਟ ਕਰਤਾ। ਫਸਟ ਟਾਈਮ ਹੋਇਆ ਗਾ ਜਿਹੜੀ ਹੈਵਲ ਸ਼ਾਫਟ ਹੈ ਰੀਪਰ ਦੇ ਵਿੱਚ, ਪਹਿਲਾਂ ਵੈਲ ਕਰੈਂਕ ਹੀ ਚੱਲਦੀ ਆ, ਫਸਟ ਟਾਈਮ ਅਸੀਂ ਹੈਵਲ ਸ਼ਾਫਟ ਨੂੰ ਰੀਪਰ ਦੇ ਵਿੱਚ ਯੂਜ਼ ਕਰ ਰਹੇ ਹਾਂਗੇ। ਉਸ ਤੋਂ ਇਲਾਵਾ ਜਿਹੜਾ ਆਪਣਾ ਉੱਪਰਲਾ ਮੇਨ ਆਊਟਲੈਟ ਆ ਜੀ, ਇਹਦੇ ਵਿੱਚ ਵੀ ਤੁਸੀਂ ਕੋਈ ਫਰਕ ਪਾਇਆ ਗਾ, ਇਹਦਾ ਕੀ ਕਾਰਨ ਜੀ? ਐਗਜ਼ੌਸਟ ਪਾਈਪ ਦੇ ਵਿੱਚ ਵੀ ਜਿਹੜਾ ਅਸੀਂ ਨੇ ਇਹ ਫਰਕ ਪਾਇਆ, ਇਸਦਾ ਅਸੀਂ ਥੋੜ੍ਹਾ ਡਿਜ਼ਾਈਨ ਚੇਂਜ ਕੀਤਾ ਗਾ। ਜਿਹੜਾ ਪਹਿਲਾਂ ਐਗਜ਼ੌਸਟ ਪਾਈਪ ਚੱਲਦਾ ਸੀ ਉਹ ਗੋਲ ਚੱਲਦਾ ਸੀਗਾ, ਜਦੋਂ ਅਸੀਂ ਰੀਪਰ ਦੇ ਉੱਪਰ ਇੰਨਾ ਕੰਮ ਕੀਤਾ ਗਾ ਇਸਦੀ ਲੁੱਕ ਬਣਾਉਣ ਵਾਸਤੇ ਤਾਂ ਅਸੀਂ ਇਸਦਾ ਵੀ ਡਿਜ਼ਾਈਨ ਚੇਂਜ ਕੀਤਾ ਗਾ। ਇਸ ਦਾ ਡਿਜ਼ਾਈਨ ਚੇਂਜ ਕਰਨ ਨਾਲ ਕੀ ਹੋਇਆ, ਜਿਹੜੀ ਸਟ੍ਰਾਅ ਹੋ ਗਈ ਉਹਦਾ ਜਿਹੜਾ ਪ੍ਰੈਸ਼ਰ ਆ ਉਹ ਇੱਕ ਜਗ੍ਹਾ ਨਹੀਂ ਰਹੂਗਾ ਜ਼ਿਆਦਾ। ਇਸ ਨੂੰ ਅਸੀਂ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਕਿ ਪੂਰੇ ਦੇ ਪੂਰੇ ਜਿਹੜੇ ਇਸ ਦੇ ਉੱਤੇ ਐਗਜ਼ੌਸਟ ਪਾਈਪ ਦੇ ਉੱਤੇ ਜਿਹੜਾ ਉਹਦਾ ਡਿਵਾਈਡ ਹੋ ਜਾਊਗਾ, ਇੱਕ ਜਗ੍ਹਾ ਨਹੀਂ ਪਊਗਾ ਅਤੇ ਉਹ ਪ੍ਰੋਪਰ ਜਿਹੜੀ ਸਟ੍ਰਾਅ ਗਈ ਉਹ ਟਰਾਲੀ ਦੇ ਵਿੱਚ ਪਹੁੰਚਦੀ ਰਹੂਗੀ। ਅਤੇ ਜੇ ਆਪਾਂ ਗੱਲ ਕਰੀਏ ਜੀ ਵੀ ਇਹਨੂੰ ਕਿਸੇ ਫਾਰਮਰ ਨੇ ਖਰੀਦਣਾ ਗਾ ਇਸ ਰੀਪਰ ਨੂੰ ਜੀ, ਤਾਂ ਉਹਦਾ ਕੀ ਪ੍ਰੋਸੈਸ ਰਹੂਗਾ, ਕਦੋਂ ਤੱਕ ਅਵੇਲੇਬਲ? ਅਵੇਲੇਬਿਲਟੀ ਇਹਦੀ ਹੈਗੀ ਹੈਗੀ, ਤੁਸੀਂ ਸਾਡੇ ਹੈਲਪਲਾਈਨ ਨੰਬਰ 91,37,000 'ਤੇ ਕਾਲ ਕਰਕੇ ਇਸ ਦੀ ਹੋਰ ਜਾਣਕਾਰੀ ਲੈ ਸਕਦੇ ਹੋ। ਅਤੇ ਇਹ ਸਾਡੀ ਪ੍ਰੋਡਕਸ਼ਨ ਦੇ ਵਿੱਚ ਰੈਡੀ ਹੈ ਪੀਸ, ਔਰਡਰ ਦੇ ਹਿਸਾਬ ਨਾਲ ਅਸੀਂ ਇਹਨੂੰ ਨਾਲ ਦੀ ਨਾਲ ਪ੍ਰੋਡਿਊਸ ਕਰਦੇ ਜੀ। ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਨੂੰ ਇਹ ਆਪਣੀ ਨਵੀਂ ਜਿਹੜੀ ਮਸ਼ੀਨ ਆ ਉਹ ਦਿਖਾਈ। ਅਤੇ ਵੀਰੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀ ਆਪਾਂ ਕਹਿ ਦਈਏ ਵੀ ਇਹਦੀ ਜਾਣਕਾਰੀ ਹੈ ਜਿਹੜੀ ਵੱਧ ਤੋਂ ਵੱਧ ਫਾਰਮਰਾਂ ਦੇ ਤੱਕ ਕਿਸਾਨਾਂ ਤੱਕ ਪਹੁੰਚ ਸਕੇ। ਸੋ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।